ਕੰਪਨੀਆਂ ਐਗਜ਼ਿਸਟ ਕਰਦੀਆਂ ਨੇ ਉਹਨਾਂ ਨੇ ਕੀ ਕੀਤਾ ਹੈ ਬਹੁਤ ਸਾਰੇ ਲੋਕਾਂ ਨੇ ਸੱਬੇ 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 ਲਏ ਹੋਏ ਨੇ ਲਾਸ ਦੇ ਵਿੱਚ ਚੱਲੀ ਜਾ ਰਹੇ ਨੇ ਸੱਬੇ ਠੀਕ ਹੈ ਉੱਥੇ ਕੋਈ ਗਾਹਕ ਨਹੀਂ ਆਉਂਦਾ ਉਹ ਹੈਗਾ ਵੀ ਨਹੀਂ ਕਈ ਵਾਰ ਪੇਪਰਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਸੱਬੇ ਆ ਬਟ ਰੈਸਟੋਰੈਂਟ ਆ ਬਟ ਉਹ ਹੈ ਨਹੀਂ ਤੁਸੀਂ ਜਾ ਕੇ ਦੇਖੋ ਪਰ ਬੋਰਡ ਲੱਗਿਆ ਹੋਇਆ ਜਗ੍ਹਾ ਲਈ ਹੋਈ ਆ ਬਾਹਰ ਵੱਡਾ ਸਾਰਾ ਰੈਸਟੋਰੈਂਟ ਦਾ ਬੋਰਡ ਲੱਗਿਆ 24 ਘੰਟੇ ਜਿੰਦਾ ਹੀ ਲੱਗਿਆ ਰਹਿੰਦਾ ਉੱਥੇ ਦੱਖਣ ਨੂੰ ਉਹ ਇੱਕ ਰੈਸਟੋਰੈਂਟ ਬਣਾਇਆ ਹੋਇਆ ਇਹ ਜਿਹੜਾ ਗੋਰਖ ਧੰਦਾ ਹੈ ਜੀ ਇਹ ਕੈਨੇਡਾ ਦੇ ਵਿੱਚ ਆ ਕਦੇ ਨਾ ਕਦੇ ਇਹ ਜਿਹੜੇ ਲੋਕ ਨੇ ਇਹ ਕੰਪਨੀਆਂ ਜਦੋਂ ਫੜੀਆਂ ਗਈਆਂ ਫੋਰ ਐਗਜ਼ੈਂਪਲ ਇੱਕ ਕੰਪਨੀ ਇਹ ਕੰਪਨੀ ਫੜੀ ਗਈ ਕੈਨੇਡਾ ਗਵਰਨਮੈਂਟ ਦੇ ਨਿਗਾਹ ਦੇ ਚ ਰਡਾਰ ਦੇ ਵਿੱਚ ਆ ਗਈ ਹੁਣ ਪਤਾ ਲੱਗੂਗਾ ਇਹ ਕੰਪਨੀ ਨੇ ਕਿੰਨੇ ਬੱਚਿਆਂ ਨੂੰ ਚਾਰ ਜਾਂ ਪੰਜ ਬੱਚੇ ਨੂੰ ਪੇ ਰੋਲ ਚਲਾਇਆ ਸੀ ਪਹਿਲਾਂ ਤਾਂ ਪੰਜ ਉਹ ਫੜੇ ਜਾਣਗੇ ਚਾਹੇ ਉਹਨਾਂ ਦੀ ਪ੍ਰੋਪਰ ਪੀਆਰ ਹੋ ਚੁੱਕੀ ਆ ਤੇ ਚਾਹੇ ਜੋ ਮਰਜ਼ੀ ਹੋ ਚੁੱਕਿਆ ਉਹ ਫੜੇ ਜਾਣ ਇਸ ਤੋਂ ਇਲਾਵਾ ਹੋਣ ਇੱਕ ਜਿੰਨਾ ਨੂੰ ਐਲਐਮਆਈ ইস্যੂ ਕੀਤੀਆਂ ਉਹਨਾਂ ਲੋਕਾਂ ਨੇ ਉਹ ਐਲਐਮਆਈ ਵਾਲੇ ਫੜੇ ਜਾਣਗੇ ਸੋ ਇਹ ਕੈਨੇਡਾ ਦੇ ਵਿੱਚ ਆ ਹੁਣ ਇੰਡੀਆ ਦੀ ਅਗਰ ਅਸੀਂ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਫੇਕ ਐਲਐਮਆਈ ਉਹ ਕੀ ਕਰਦੇ ਆ ਜੀ ਇੱਥੋਂ ਇੱਕ ਐਲਐਮਆਈ ইস্যੂ ਹੁੰਦੀ ਆ ਉਹ ਐਲਐਮਮਆਈ ਤੇ ਕੋਈ ਵੀ ਨਾਮ ਹੁੰਦਾ ਉਹ ਇੰਡੀਆ ਦਾ ਕੋਈ ਏਜੰਟ ਪਕੜਦਾ ਉਹ ਕੀ ਕਰਦਾ ਉਹਦੇ ਉੱਪਰੋਂ ਨਾਮ ਜਿਵੇਂ ਆਫਰ ਲੈਟਰ ਵਾਲੇ ਨੇ ਕੀਤਾ ਸੇਮ ਡਿੱਟੋ ਹੋ ਰਿਹਾ ਇੱਕ ਆਫਰ ਲੈਟਰ ਸੀਗੀ ਉਹਨੇ ਜਲੰਧਰ ਦੇ 에ਜੰਟ ਨੇ ਕੀ ਕੀਤਾ ਸੀਗਾ ਆਫਰ ਲੈਟਰ ਦੇ ਵਿੱਚ ਇਹੀ ਕੀਤਾ ਸੀ ਉਹਨੇ ਇੱਕ ਆਫਰ ਲੈਟਰ ਮੰਗਵਾਈ ਕਿਸੇ ਹੰਬਰ ਕਾਲਜ ਦੇ ਕਿਸੇ ਦੀ ਫੜੀ ਉਹ ਹੰਬਰ ਕਾਲਜ ਦੀ ਆਫਰ ਲੈਟਰ ਦੇ ਵਿੱਚ ਬੱਚੇ ਦਾ ਨਾਮ ਚੱਕਿਆ ਕੱਢਿਆ ਬੱਚੇ ਦਾ ਨਾਮ ਉਹਦੇ ਨਾਮ ਦੇ ਉੱਪਰ ਆਪਣਾ ਅਲੱਗ-ਅਲੱਗ 500 700 ਬੱਚਿਆਂ ਦਾ ਨਾਮ ਪਾ ਗਏ ਕੋਰਸ ਚੇਂਜ ਕਰਕੇ ਦੇ ਦੇ ਕੇ ਵੀਜ਼ੇ ਲੈ ਕੇ ਭੇਜਦੇ ਹੁਣ ਉਹ ਵਿਚਾਰੇ ਰੋਲ ਰਹੇ ਨੇ ਸੇਮ ਐਲ ਐਮ ਆਈ ਇਥੋਂ ইস্যੂ ਹੁੰਦੀ ਆ ਐਲ ਐਮ ਆਈ ਉਧਰ ਜਾਂਦੀ ਆ ਐਲ ਐਮ ਆਈ ਦੇ ਉੱਤੋਂ ਨਾਮ ਚੱਕਿਆ ਨਾਮ ਕਿਸੇ ਹੋਰ ਬੰਦੇ ਦਾ ਪਾਇਆ ਅਗਰ ਤਾਂ ਉਹਦਾ ਵੀਜ਼ਾ ਆ ਗਿਆ ਤਾਂ ਉਹ ਕਦੇ ਨਾ ਕਿਤੇ ਆ ਕੇ ਫੜਿਆ ਜਾਊਗਾ ਤੇ ਇੱਧਰ ਪਹੁੰਚਣ ਤੋਂ ਬਾਅਦ ਉਹ ਕੰਪਨੀ ਨੇ ਕਹਿਣਾ ਅਸੀਂ ਤਾਂ ਤੈਨੂੰ ਐਲ ਐਮ ਆਈ ਇਸ਼ੂ ਨਹੀਂ ਕੀਤੀ ਫਿਰ ਉਹ ਜਿਵੇਂ ਉਹਨੇ ਹੋਰ ਕਾਲਜ ਲੈ ਕੇ ਦਿੱਤਾ ਸੀ ਫਿਰ ਇੱਥੋਂ ਦੇ ੈਂਪਲੋਇਰਾਂ ਨੂੰ ਹੋਰ ਐਲ ਐਮ ਆਈ ਇਹ ਲੈ ਕੇ ਦੇਣਗੇ ਜਾਂ ਕੁਝ ਹੋਰ ਉਹਦੇ ਨਾਲ ਖੱਜਲ ਖਵਾਰੀ ਕਰਨਗੇ ਦੂਸਰਾ ਇਹ ਹੋਣਾ ਹੈ ਕਿ ਅਗਰ ਉਹ ਬੱਚੇ ਦਾ ਜਿਹਨੂੰ ਐਲ ਐਮ ਆਈ ਇਹ ਝਾਲੀ ਮਿਲੀ ਅਗਰ ਉਹਦਾ ਵੀਜ਼ਾ ਰਿਜੈਕਟ ਹੋ ਜਾਂਦਾ ਇਹ ਐਲ ਐਮ ਆਈ ਇਹ ਦੇਣ ਵਾਲੇ ਨੂੰ ਫਿਰ ਵੀ ਫਾਇਦਾ ਸਰਵਿਸ ਕੈਨੇਡਾ ਜਦੋਂ ਅਸੀਂ ਐਲ ਐਮ ਆਈਏ ਇਸ਼ੂ ਕਰਵਾਉਣੀ ਹੈ ਕਿਸੇ এমਪਲੋਇਰ ਦੀ ਐਲ ਐਮ ਆਈਏ ਪਹਿਲੀ ਵਾਰ ਉਹਨੇ ਐਲ ਐਮ ਆਈਏ ਜਾਂ ਦੂਸਰੀ ਵਾਰ ਜਾਂ ਰੈਗੂਲਰ ਐਲ ਐਮ ਆਈਏ ਕਢਾਉਣੀ ਤਾਂ 1000 ਡਾਲਰ ਤਾਂ ਸਰਵਿਸ ਕੈਨੇਡਾ ਦੀ ਫੀਸ ਆ ਐਲ ਐਮ ਆਈਏ ਦੀ ਮੈਂ ਐਡ ਦੇ ਕੇ ਸਾਰਾ ਕੁਝ ਕਰਾ ਕੇ 1000 ਡਾਲਰ ਐਲ ਐਮ ਆਈਏ ਦੀ 1000 ਡਾਲਰ ਆ ਜਿਹੜੀ ਉਹ ਸਰਵਿਸ ਕੈਨੇਡਾ ਦੀ ਫੀਸ ਆ ਤੇ 1000 ਕ ਡਾਲਰ ਇੱਥੋਂ ਉਹ ਲੈ ਲੈਂਦਾ ਜਿਹੜਾ ਏਜੰਟ ਜਿਹੜਾ ਕਿਸੇ ਤੋਂ ਐਲ ਐਮ ਆਈਏ ਕਢਵਾ ਕੇ ਦਿੰਦਾ 2000 ਹੋ ਗਏ ਮਣ ਜਿਹੜਾ ਇੰਡੀਆ ਬੈਠਾ ਜਿਹਨੇ ਐਲ ਐਮ ਆਈ ਕੈਨੇਡਾ ਵਾਲਿਆਂ ਤੋਂ ਲੈ ਕੇ ਅੱਗੇ ਕਿਸੇ ਬੰਦੇ ਨੂੰ ਦਿੱਤੀ ਹਜ਼ਾਰੋਂ ਆਪਣਾ ਜੋੜ ਦਿੰਦਾ ਵਿੱਚ ਤਾਂ ਆਲਮੋਸਟ 1,80,90000 ਹੋ ਗਿਆ ਤੁਹਾਡਾ ਵੀਜ਼ਾ ਲੱਗੇ ਭਾਵੇਂ ਨਾ ਲੱਗੇ ਤਿੰਨਾਂ ਨੂੰ ਤਿੰਨਾਂ ਦਾ ਹਿੱਸਾ ਮਿਲ ਗਿਆ ਠੀਕ ਹੈ ਕੈਨੇਡਾ ਗਵਰਨਮੈਂਟ ਨੂੰ ਆਪਣਾ ਹਿੱਸਾ ਮਿਲ ਗਿਆ ਕੈਨੇਡਾ ਬੈਠੇ ਹੋਏ ਏਜੰਟ ਨੂੰ ਆਪਣਾ ਹਿੱਸਾ ਮਿਲ ਗਿਆ ਇੰਡੀਆ ਬੈਠੇ ਹੋਏ ਏਜੰਟ ਨੂੰ ਆਪਣਾ ਹਿੱਸਾ ਮਿਲਿਆ ਸਾਰਿਆਂ ਨੂੰ ਆਪਣਾ ਹਿੱਸਾ ਮਿਲਿਆ ਤੁਹਾਡੇ ਹੱਥ 'ਚ ਕੀ ਆਇਆ ਕੁਛ ਨਹੀਂ 0 ਤੇ ਤੁਸੀਂ ਬਹਿ ਕੇ 1.5 ਤੋਂ 2 ਲੱਖ 2.5 ਲੱਖ ਰੁਪਇਆ ਖਰਾਬ ਕਰਕੇ ਆਰਾਮ ਨਾ ਕਰੇ ਬੈਠ ਕੇ ਹੁਣ ਉਹਨਾਂ ਨੇ ਕੀ ਕਰਨਾ ਉਹੀ ਐਲ ਐਮ ਆਈ ਇਹਦੇ ਥੋੜਾ ਨਾਮ ਚੱਕ ਕੇ ਕਿਸੇ ਹੋਰ ਦਾ ਪਾ ਦੇਣਾ ਫਿਰ 2 ਲੱਖ ਉਹਦੇ ਤੋਂ ਲੈ ਲੈਣਾ ਇੱਕ ਐਲ ਐਮ ਆਈ ਇਸ਼ੂ ਕਰਾ ਕੇ ਪਤਾ ਨਹੀਂ ਕਿੰਨੇ ਲੱਖ ਰੁਪਇਆ ਇਕੱਠਾ ਕੀਤਾ ਹੋਆ ਜਾਂ ਕਰ ਰਹੇ ਨੇ ਸੋ ਮੈਂ ਦੱਸਣਾ ਇਹ ਚਾਹ ਰਿਆਂ ਜੀ ਕਿ ਹਰ ਇੱਕ ਚੀਜ਼ ਨਕਲੀ ਆ ਜਿਵੇਂ ਦੁੱਧ ਖੋਆ ਨਕਲੀ ਤਾਂ ਪਹਿਲਾਂ ਅਸੀਂ ਸੁਣਦੇ ਹੁੰਦੇ ਸੀਗੇ ਹਨਾ ਉਸ ਤੋਂ ਬਾਅਦ ਡਿਗਰੀਆਂ ਨਕਲੀ ਆਈਆਂ ਫਿਰ ਸਾਡੇ ਡਾਕਟਰ ਨਕਲੀ ਆ ਗਏ ਫਿਰ ਦਵਾਈਆਂ ਨਕਲੀ ਆ ਗਈਆਂ ਹੁਣ ਤੇ ਇਥੇ ਐਲ ਐਮ ਆਈਏ ਨਕਲੀ ਆ ਗਈਆਂ ਪਹਿਲਾ ਆਫਰ ਲੈਟਰਾਂ ਵਿਚਾਰੇ ਬੱਚਿਆਂ ਦੀਆਂ ਨਕਲੀ ਆ ਗਈਆਂ ਇਹ ਨਕਲੀ ਚੀਜ਼ਾਂ ਤੋਂ ਬਚਿਆ ਕਿਵੇਂ ਜਾਵੇ ਹੁਣ ਤੁਹਾਡੀ ਐਲ ਐਮ ਆਈਏ ਅਸਲੀ ਆ ਕਿ ਨਕਲੀ ਆ ਇਹਦਾ ਪਤਾ ਕਿਵੇਂ ਲੱਗੇ ਹਨਾ ਕਿ ਕੀ ਤੁਸੀਂ ਤਾਂ ਨਹੀਂ ਫਸ ਗਏ ਕੀ ਤੁਸੀਂ ਇਹ ਨਕਲੀ ਐਲ ਐਮ ਆਈਏ ਲੈ ਕੇ ਤਾਂ ਨਹੀਂ ਬੈਠੇ ਹੋਏ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਤਲਵਾਰ ਤਾਂ ਨਹੀਂ ਲਟਕਰੀ ਕੀ ਤੁਸੀਂ ਤੇ ਤਾਮ ਝਾਮ ਖੜਾ ਕਰੀ ਜਾਂਦੇ ਹੋ ਗੱਡੀਆਂ ਲਈ ਜਾਂਦੇ ਹੋ ਕਾਰਾਂ ਲਈ ਜਾਂਦੇ ਹੋ ਪਤਾ ਲੱਗੇ ਤੁਹਾਨੂੰ ਚੱਕ ਕੇ ਰਿਪੋਰਟ ਕਰਨ ਬਟ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਜੀਡੀਆ ਤਲਵਾਰ ਲਟਕਣੀ ਆ ਇਹ ਜਿਨੇ ਮਾੜੀ ਚੀਜ਼ ਖਰੀਦੀ ਆ ਉਹਦੇ ਤੇ ਹੀ ਲਟਕਣੀ ਆ ਕਿੰਨੇ ਇਥੋਂ ਦੇ ਏਜੰਟਸ ਨੇ ਜਿਨ੍ਹਾਂ ਦਾ ਲਾਇਸੈਂਸ ਆਰਸੀਆਈਸੀ ਦਾ ਲਾਇਸੈਂਸ ਸਸਪੈਂਡ ਹੋਇਆ 2 ਮਹੀਨੇ 3 ਮਹੀਨੇ ਲਈ ਫਿਰ ਠੀਕ ਆ ਫਿਰ ਬਹਾਲ ਹੋ ਗਿਆ ਫਿਰ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਬਟ ਪ੍ਰੋਬਲਮ ਕਿਨੂ ਆ ਜ਼ਿੰਦਗੀ ਕਿਦੀ ਬਰਬਾਦ ਹੋਣੀ ਆ ਜਿਨੇ ਤੁਹਾਨੂੰ ਤੋਂ ਪੈਸੇ ਲੈ ਕੇ ਹਨਾ ਤੁਹਾਨੂੰ ਨਕਲੀ ਝਾਲੀ ਚੀਜ਼ ਦਿੱਤੀ ਉਹਦੀ ਥੋੜੀ ਨਾ ਜ਼ਿੰਦਗੀ ਖਰਾਬ ਹੋਣੀ ਉਹ ਤਾਂ ਆਪਣਾ ਸੈੱਟ ਕਰੀ ਬੈਠਾ ਇੱਥੇ ਕਾਰੋਬਾਰ ਬੱਚੇ ਨੇ ਸਭ ਕੁਝ ਹੋ ਗਿਆ ਜ਼ਿੰਦਗੀਆਂ ਬਰਬਾਦ ਹੁੰਦੀਆਂ ਸਾਡੇ ਪੋਲੇ ਪਾਲੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੁੰਦੀ ਹੈ ਜਿਹੜੇ ਅਸੀਂ ਇਹਨਾਂ ਦੇ ਲੋਕਾਂ ਦੇ ਉੱਪਰ ਵਿਸ਼ਵਾਸ ਕਰ ਲੈਨੇ ਆ ਸੋ ਤੁਸੀਂ ਸਿਆਣੇ ਬੰਨਾ ਇਹਨਾਂ ਨੇ ਤਾਂ ਤੁਹਾਨੂੰ ਲੁੱਟਣਾ ਹੀ ਲੁੱਟਣਾ ਇਹ ਮਦਾਰੀ ਨੇ ਇਹਨਾਂ ਨੇ ਸਾਥ ਚ ਆ ਕੇ ਡੁਗਡੁਗੀ ਬਜਾਉਣੀ ਬਜਾਉਣੀ ਆ ਤੁਸੀਂ ਆਪਣਾ ਕੰਮ ਕਾਰ ਛੱਡ ਕੇ ਇਹਨਾਂ ਦੇ ਆਸ-ਪਾਸ ਖੜਦੇ ਹੋ ਤੇ ਗਲਤੀ ਥੋੜੀ ਆ ਗਲਤੀ ਇਹਨਾਂ ਦੀ ਕੋਈ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਦੁੱਧ ਨਾਲ ਧੋ ਰਿਹਾ ਆਂ ਜਾਂ ਮੈਂ ਇਹਨਾਂ ਇਹਨਾਂ ਨੂੰ ਕੋਈ ਕਲੀਨ ਚੱਟ ਦੇ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਇਹਨਾਂ ਦਾ ਕੰਮ ਹੈ ਇਹਨਾਂ ਦਾ ਕੰਮ ਆ ਤੁਹਾਨੂੰ ਲੁੱਟਣਾ ਹਨਾ ਤੇ ਤੁਸੀਂ ਇਹਨਾਂ ਨੂੰ بجائے ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਨਦੀ ਦਾ ਬਾੜ ਅਗਰ ਟੁੱਟ ਗਿਆ ਤੇ ਤੁਹਾਡੇ ਘਰਾਂ 'ਚ ਪਾਣੀ ਆਉਣ ਲੱਗ ਗਿਆ ਆਪਣੇ ਘਰਾਂ ਨੂੰ ਛੱਡ ਕੇ ਪਹਿਲਾਂ ਨਦੀ ਦਾ ਬਾੜ ਵੰਨਾ ਜਿਹੜਾ ਉਹ ਲਾਓ ਸੋ ਮੇਰਾ ਕਹਿਣ ਦਾ ਮਤਲਬ ਆ ਕਿ ਇਹਨਾਂ ਨੂੰ ਛੱਡੋ ਪਹਿਲਾਂ ਆਪਣਾ ਆਪਣਾ ਸੰਭਾਰੋ ਆਪਣੇ ਆਪ ਨੂੰ ਠੀਕ ਕਰੋ ਇਹ ਸਾਰੇ ਭੱਜ ਜਾਣਗੇ ਆਪਣੇ ਆਪ ਆਪਣਾ ਬੋਰੀਆ ਬਿਸਤਰਾ ਚੱਕ ਕੇ ਜਦੋਂ ਤੁਸੀਂ ਸਾਰੇ ਲੋਕ ਸਿਆਣੇ ਹੋਗੇ ਤੁਹਾਡੀ ਐਲ ਐਮ ਆਈਏ ਜਾਲੀ ਤੁਹਾਨੂੰ ਨਾ ਮਿਲੇ ਤੁਹਾਡੇ ਬੱਚਿਆਂ ਦਾ ਫਿਊਚਰ ਕੈਨੇਡਾ ਦੇ ਵਿੱਚ ਖਰਾਬ ਨਾ ਹੋਵੇ registered consultant canada canada government to approved RCIC ਸਾਡੇ canada offices ਦੇ ਵਿੱਚ ਨੇ ਕੰਮ ਕਰਦੇ ਨੇ ਤੋਂ ਤੁਸੀਂ ਆਪਣੀ LMIA ਚੈੱਕ ਕਰਾਉਣੀ ਆ ਤੁਸੀਂ ਇੰਡੀਆ ਦੇ ਵਿੱਚ ਤੁਹਾਨੂੰ ਕੋਈ LMIA ਦੇ ਰਿਹਾ ਜਾਂ ਤੁਹਾਨੂੰ ਕੋਈ 1 ਲੱਖ 2 ਲੱਖ ਰੁਪਇਆ ਪਹਿਲਾਂ ਦੇ ਦੋ ਬਾਕੀ ਬਾਅਦ ਚ ਜਾ ਪਹੁੰਚਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਸਪੋਰਟ ਦੇ ਜੋ ਮੈਂ ਬੜਾ ਸੁਨੇਹਕ ਪਾਸਪੋਰਟ ਦੇ ਦੋ ਬਾਕੀ ਸਾਰਾ ਕੁਝ ਅਸੀਂ ਵਰਕ ਪਰਮਿਟ ਲਵਾ ਦਾਂਗੇ ਮਤਲਬ ਸਾਰਾ ਕੁਝ ਘਰ ਦਾ ਹੀ ਆ ਸਾਰਾ ਕੁਝ ਵਰਕ ਪਰਮਿਟ ਲਵਾ ਦਾਂ ਕਿ ਕਿਵੇਂ ਲੱਗ ਜੂਗਾ ਵਰਕ ਪਰਮਨ ਹੈ ਨਾ ਕਿੰਨਾ ਕੁਝ ਲਾਉਣਾ ਪੈਂਦੇ ਕਿੰਨੇ ਡਾਕੂਮੈਂਟਸ ਲਾਉਣੇ ਪੈਂਦੇ ਫਿਰ ਉਹ ਸਾਰੇ ਝਾਲੀ ਲਾਊਗਾ ਤੁਹਾਨੂੰ ਅਗਰ ਐਲ ਐਮ ਆਈਏ ਦੇ ਵੀ ਦਿੱਤੀ ਅਗਰ ਉਹਨਾਂ ਝਾਲੀ ਡਾਕੂਮੈਂਟ ਲਾ ਕੇ ਐਲ ਐਮ ਆਈਏ ਤੇ ਤੁਸੀਂ ਕੈਨੇਡਾ ਆ ਵੀ ਗਏ ਤੱਕ ਐਲ ਐਮ ਆਈਏ ਤੋਂ ਬਾਅਦ ਪੀ ਆਰ ਵੀ ਤਾਂ ਲੈਣੀ ਕਿ ਨਹੀਂ ਲੈਣੀ ਪੀ ਆਰ ਲਈ ਵੀ ਤਾਂ ਫਾਈਲ ਅਪਲਾਈ ਕਰਨੀ ਆ ਪਰ ਜਦੋਂ ਪੀ ਆਰ ਲਈ ਆ ਫਾਈਲ ਅਪਲਾਈ ਕਰੋਗੇ ਫਿਰ ਉਹ ਸਾਰੇ ਡਾਕੂਮੈਂਟ ਜਿਹੜੇ ਏਜੰਟ ਨੇ ਝਾਲੀ ਲਾਇਏ ਸੀ ਕਿਥੋਂ ਲੈ ਕੇ ਆਉਂਗੇ ਜਿਹੜਾ ਕੁਝ ਤੁਹਾਨੂੰ ਬਣਾਇਆ ਸੀ ਉਹਨੇ ਕਿੱਥੋਂ ਲੱਭਦੇ ਫਿਰੋਗੇ ਉਹਨੂੰ ਔਰ ਉਹਨੂੰ ਪ੍ਰੂਫ ਕਿਵੇਂ ਕਰੋਗੇ ਸਾਰਾ ਕੁਝ ਉਹ ਜਦੋਂ ਪੀਆਰ ਲੈਣੀ ਹੋਈ ਹੈ ਮਤਲਬ ਕੀ 25 30 ਲੱਖ ਰੁਪਇਆ ਲਾ ਕੇ ਸਾਲ ਦੋ ਸਾਲ ਕੰਮ ਕਰਨ ਆਏ ਸੀ ਤੁਸੀਂ ਵੀ ਜਿੰਨਾ ਲਾਇਆ ਉਹਨਾ ਕਮਾਏ ਸੋ ਸਿਆਣੇ ਬਣੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਆ 15 ਸਾਲ ਤੋਂ ਅਸੀਂ ਇਸ ਇੰਡਸਟਰੀ ਦੇ ਵਿੱਚ ਬੈਠੇ ਹੋਏ ਆ ਕੰਮ ਕਰ ਰਹੇ ਆ ਕੈਨੇਡਾ ਤੋਂ ਜਾ ਕੇ ਵਾਪਸ ਇੰਡੀਆ 'ਚ ਆਫਿਸ ਖੋਲ੍ਹਿਆ ਸੀਗਾ ਹੁਣ ਕੈਨੇਡਾ ਦੇ ਵਿੱਚ ਵੀ ਆਫਿਸ ਆ ਇੰਡੀਆ 'ਚ ਵੀ ਆਫਿਸ ਆ ਬਟ ਸਟੂਡੈਂਟ ਵੀਜ਼ਾ ਤੋਂ ਲੈ ਕੇ 스파우스 ਵੀਜ਼ਾ ਵਰਕ ਪਰਮਿਟ ਪੀਆਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਅਸਿਸਟੈਂਟ ਚਾਹੀਦੀ ਆ ਹੈਲਪ ਚਾਹੀਦੀ ਆ ਸਾਡੇ ਰਜਿਸਟਰਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਤੁਸੀਂ ਇੱਕ ਵਾਰ ਆਪਣੀ ਮੀਟਿੰਗ ਫਿਕਸ ਕਰੋ ਸਾਡੇ ਇੰਡੀਆ ਆਫਿਸ ਦੇ ਵਿੱਚ ਮਿਲੋ ਕੈਨੇਡਾ ਆਫਿਸ ਦੇ ਵਿੱਚ ਸਾਨੂੰ ਕੰਟੈਕਟ ਕਰੋ ਹਰ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਸਹੀ ਆ ਉਹ ਅਸੀਂ ਤੁਹਾਨੂੰ ਪਹੁੰਚਾਵਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣੀ ਆ ਮੋਸਟ ਵੈਲਕਮ